ਬਾਬਲ ਮੇਰਾ ਵਨ ਸਤੀ ਤੇਰੇ ਰਹਿ ਗਿਆ ਬਾਬਲ ਮੇਰਾ ਵਨ ਸਤੀ ਤੇਰੇ ਰਹਿ ਗਿਆ ਤੇਰੇ ਸਿਰ ਦਾ ਖਰਚਾ ਹੁਣ ਕਰੋੜੇ ਸਿਰ ਤੇ ਪੈ ਗਿਆ ਬਾਬਲ ਮੇਰਾ ਵਨ ਸਤੀ ਤੇਰੇ ਰਹਿ ਗਿਆ ਅੱਛਾ ਇੱਕ ਮੈਨੂੰ ਨਾ ਸਾਡੀ ਮੇਰੀ ਦਾਦੀ ਹੋਰ ਵੀ ਦੋਸਤ ਮੈਨੂੰ ਵਾਹਿਦਾ ਜਾਣੀ ਇੱਕ ਦੋਹਾਂ ਜ਼ਿਆਦਾ ਸੋਹਣੀ ਕੰਪੋਜੀਸ਼ਨ ਬਣਾਉਣਾ ਤੂੰ ਸੁਣਾਇਆ ਕਹਿੰਦੇ ਵਾਸਤੇ ਉਹ ਬਾਅਦ ਚ ਦੱਸੂਗਾ ਅੱਛਾ ਮੇਰੀ ਦਾਦੀ ਮੇਰੀ ਦੋਸਤ ਨਾਲ ਕੀ ਕਹਿੰਦੀ ਇਹ ਪੁਰਾਣੀਆਂ ਬੁੜੀਆਂ ਸੀ ਨਾ ਜਿਹੜੀਆਂ ਅੱਜ ਦੀਆਂ ਕੁੜੀਆਂ ਨੇ ਇਹ ਕੱਲ ਨੂੰ ਬੁੜੀਆਂ ਹੋ ਜਾਣੀਆਂ ਤੇ ਇਹਨੇ ਜਵਾਬ ਲੈਣਗੇ ਕਿ ਬੀਬੀ ਸੱਭਿਆਚਾਰ ਸੁਣਾਓ ਹੁਣ ਇਹਨਾਂ ਨੂੰ ਆਉਂਦੀਆਂ ਤਾਂ ਹੈ ਨੀ ਇਹ ਇਹਨਾਂ ਨੇ ਜਿਹੜੇ ਗਾਣੇ ਸੁਣੇ ਨੇ ਕੰਪੋਜੀਸ਼ਨ ਸੇਮ ਰੱਖਣੀ ਆ ਤੇ ਇਹਨਾਂ ਜਿਹੜੇ ਅੱਜ ਟਾਈਮ ਤੇ ਗਾਣੇ ਸੁਣੇ ਨਾ ਉਹ ਆਪਦੇ ਹਿਸਾਬ ਨਾਲ ਗਾਣਾ ਫਿੱਟ ਕਰ ਦੇਣਗੇ ਵਿੱਚ ਇਹਦੇ ਕੰਪੋਜੀਸ਼ਨ ਦੇ ਕੀ ਕਹਿਣਗੀਆਂ ਇੱਕ ਲਾਸਟ ਗੱਲ ਫਿਰ ਫੇਰ ਡਾਂਸ ਸ਼ੁਰੂ ਕਰਾਂਗੇ ਜੋ ਜੋ ਹੋਲੀ ਸਿੰਘ ਤਾਂ ਆਪਾਂ ਸਾਰੇ ਯਾਦ ਰਹਿਣਾ ਹੁਣ ਕਿੰਨੇ ਗਾਣੇ ਗਾਏ ਨੇ ਪੌਪ ਸੌਂਗ ਵੀ ਬਾ ਗਾਇਆ ਤੇ ਸੈਡ ਸੌਂਗ ਵੀ ਗਾਇਆ ਪਰ ਇੱਕ ਤਰ੍ਹਾਂ ਦੇ ਗਾਣੇ ਆ ਜਿਹਦੇ ਵਿੱਚ ਉਹਨਾਂ ਨੇ ਰੈਪ ਨਹੀਂ ਕੀਤਾ ਕਿਹੜੇ ਗਾਣੇ ਆ ਸ਼ੈਰੀ ਮਾਨ ਨੇ ਗਾਣਾ ਗਾਉਣਾ ਹਰੀ ਸਿੰਘ ਨੇ ਰੈਪ ਕਰਨਾ ਕੀ ਕਹਿਣਾ ਮੇਰੀ ਸਾਜ ਮੁੱਕੀ ਮੇਰਾ ਪਿੰਡ ਮੇਰੀ ਸਿੱਖ ਸਾਧ ਦਾ ਪਤਾ ਲਿਆ ਮਾਫੀਆ ਦਾ ਪੰਨ ਹੋਊਗਾ ਭਾਈਆਂ ਦਾ ਯੋ ਯੋ ਹਰੀ ਸਿੰਘ ਇੱਕ ਪਲ ਅੱਖੀਆਂ ਦੂਰ ਕਰਦੀ ਤੇ ਅੱਜ ਤੋਰੇ ਕੱਲੀ ਨੀ ਮੈਂ ਕਰ ਤੇਰਾ ਜੋੜਿਆ ਤੇ ਜੋੜਨ ਚੱਲੀ ਗੱਲ ਸੁਣ ਮੇਰੀ ਭੈਣ ਤੇਰੀ ਸੱਸ ਹੈਗੀ ਡੈਡ ਤੈਨੂੰ ਲੱਗੇ ਕਿ ਰਹਿਣ ਦੀ ਅੱਜ ਮੇਰੀ ਨਾ ਪੈਣ ਤੇਰੇ ਪਰੌਣੇ ਪਿਆਂ ਦੀ ਪਾਪਾ ਜੋ ਤੁਸੀਂ ਆਪਾਂ ਫਿਰ ਚੱਕ ਲਈ ਤੂੰ ਪਾਪਾ ਪਾਪੀ ਸੌਂ ਦਵਾਂਗੇ ਆਪਾਂ ਯੋ ਯੋ ਹਰੀ ਸਿੰਘ ਨੀ ਮੈਂ ਕਰ ਤੇਰਾ ਜੋੜਿਆ ਤੇ ਜੋੜਨ ਚੱਲੀ ਥੈਂਕ ਯੂ